ਰੋਪਨਜਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਜੋਸ਼ ਸਿੰਘ ਵਿੱਕੀ ਮਿੱਡੂ ਖੇੜਾ ਦੇ ਕਤਲ ਦੀ ਕੁੱਟਮਾਰ ਕੀਤੀ ਗਈ ਹੈ ਹਰਿਆਣਾ ਦੀ ਜੇਲ੍ਹ ਦੇ ਵਿੱਚ ਲੌਰੈਂਸ ਗਰੁੱਪ ਤੇ ਬੰਬੀਹਾ ਗਰੁੱਪ ਦੇ ਗੁਰਗੇ ਆਪਸ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਭਿੜੇ ਨੇ ਤੇ ਉੱਥੇ ਅਨਿਲ ਉਰਫ ਲੱਠ ਜੋ ਕੇ ਵਿੱਕੀ ਮਿੱਡੂ ਖੇੜਾ ਦੇ ਕਤਲ ਦੌਰਾਨ ਸ਼ੂਟਰ ਆਇਆ ਸੀ ਜਿਸ ਦੇ ਵਿੱਚ ਸ਼ਾਮਲ ਸੀ ਤਾਂ ਉਸ ਨੂੰ ਵੀ ਜਿਹੜਾ ਹੁਣ ਕੁੱਟਿਆ ਗਿਆ ਤਾਂ ਦੱਸ ਦੇ ਕਿ ਲੌਰੈਂਸ ਬਿਸ਼ਨੋਈ ਗਰੁੱਪ ਤੇ ਦਵਿੰਦਰ ਬੰਬੀਹਾ ਗਰੁੱਪ ਜੇਲ੍ਹ ਦੇ ਵਿੱਚ ਆਪਸ ਚ ਭਿੜੇ ਨੇ ਹਰਿਆਣਾ ਦੀ ਜੇਲ੍ਹ ਦੇ ਵਿੱਚ ਆਪਸ ਦੇ ਵਿੱਚ ਕੁੱਟਮਾਰ ਯਤ ਚਾਰ ਹੋਰ ਕੈਦੀ ਵੀ ਜਕਮੀ ਹੋਏ ਨੇ ਇਸ ਕੋਟਮਾਰ ਦੌਰਾਨ ਦੱਸਦੇ ਕਿ ਹਮਲਾ ਕੀਤਾ ਗਿਆ ਅਨਿਲ ਉਰਫ ਲੱਠ ਤੇ ਅਨਿਲ ਉਰਫ ਲੱਠ ਜਿਹੜਾ ਪਹਿਲਾਂ ਵੀ ਕਈ ਕਾਤਲਾਂ ਕਤਲਾਂ ਦੇ ਵਿੱਚ ਇਸ ਦਾ ਨਾਮ ਬੋਲਦਾ ਤੇ ਨਾਲ ਹੀ ਦੱਸਦੇ ਕਿ ਜਦੋਂ ਵਿੱਕੀ ਮਿੱਡੂਖੇੜਾ ਨੂੰ ਮਾਰ ਨਾਉਂਦਿਆ ਤਾਂ ਸ਼ੂਟਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਦਿਨ ਦਿਹਾੜੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਇਹਦਾ 7 ਅਗਸਤ 2021 ਤਰੀਕ ਨੂੰ ਤੇ ਉਸ ਤੋਂ ਬਾਅਦ ਇਹ ਗੱਲ ਕਰੀਏ ਤਾਂ ਇਸ ਦੇ ਵਿੱਚ ਜਿਹੜੇ ਸ਼ੂਟਰ ਸੀ ਉਹਨਾਂ ਦੇ ਵਿੱਚ ਬੰਬੀਹਾ ਗੈਕ ਦੇ ਸ਼ਾਰਪ ਸ਼ੂਟਰ ਸਨੀ ਉਰਫ ਲੈਫਟੀ ਤੇ ਨਾਲ ਹੀ ਅਨਿਲ ਉਰਫ ਅੱਠਵੀਂ ਸ਼ਾਮ ਨੂੰ ਸੀਤਾ ਦਾਸ ਦੇ ਕਿ ਅਨਿਲ ਉਰਫ ਲੱਟ ਨੂੰ ਕੁੱਟਿਆ ਗਿਆ ਕੁੱਟਮਾਰ ਕੀਤੀ ਗਈ ਹੈ ਬੁਰੀ ਤਰੀਕੇ ਦੇ ਨਾਲ ਲੱਟ ਨੂੰ ਕੁੱਟਿਆ ਗਿਆ ਜੇਲ੍ਹ ਦੇ ਵਿੱਚ ਹੀ ਦਾਸ ਦੇ ਕਿ ਲਾਰੈਂਸ ਮਿਸ਼ਨੋਈ ਗਰੁੱਪ ਦੇ ਗੁਰਗਿਆਂ ਦੇ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ ਬੰਬੀਹਾ ਗਰੁੱਪ ਤੇ ਲਾਰੈਂਸ ਗਰੁੱਪ ਜੇਲ੍ਹ ਦੇ ਵਿੱਚ ਵੀ ਆਪਸ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਭੇੜੇ ਦੇ ਨਾਲ ਚਾਰ ਹੋਰ ਕੈਦੀ ਵੀ ਜ਼ਖਮੀ ਹੋਏ ਨੇ ਚਾਰ ਕੈਦੀਆਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਇਲਾਜ ਦੇ ਲਈ ਦਾਸ ਦੇ ਕਿ ਪਿਛਲੇ ਦਿਨੀ ਖਬਰਾਂ ਆਈਆਂ ਸੀ ਕਿ ਸਨੀ ਉਰਫ ਲੈਫਟੀ ਜੋ ਕਿ ਵਿੱਕੀ ਮਿੱਡੂ ਖੇੜਾ ਕਤਲ ਦੇ ਦੌਰਾਨ ਆਇਆ ਸੀ ਤੇ ਉਸ ਨੂੰ ਲੈ ਕੇ ਵੀ ਜਿਹੜਾ ਕੋਡ ਦੇ ਵਿੱਚੋਂ ਉਸ ਨੂੰ ਛਡਾਉਣ ਦੀਆਂ ਭਜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਬਾਅਦ ਦੇ ਵਿੱਚ ਇਹ ਖਬਰ ਆਈ ਸੀ ਕਿ ਉਸ ਤੇ ਉੱਪਰ ਹਮਲਾ ਹੋਇਆ ਜਿੱਤਾ ਦੱਸ ਦੇ ਕਿ ਹੁਣ ਵੀ ਜਿਹੜਾ ਅਨਿਲ ਉਰਫ ਲੱਠ ਜੋ ਕੇ ਉਸ ਦੌਰਾਨ 7 ਅਗਸਤ ਨੂੰ ਜਦੋਂ ਵਿੱਕੀ ਮਿੱਡੂ ਖੇਡਾ ਦਾ ਕਤਲ ਕੀਤਾ ਜਾਂਦਾ ਤੇ ਸ਼ਾਰਪ ਸ਼ੂਟਰ ਨੇ ਵੀ ਗੋਲੀਆਂ ਚਲਾਈਆਂ ਸੀ ਜਦੋਂ 20 ਦੇ ਤਕਰੀਬਨ ਜਿਹੜਿਆ ਰਾਉਂਡ ਫਾਇਰ ਕੀਤੇ ਗਏ ਸੀ ਤਾਂ ਜਿਸ ਦੇ ਵਿੱਚ ਵਿੱਕੀ ਮਿੱਡੂ ਖੇੜਾ ਦਾ ਕਤਲ ਕਰ ਦਿੱਤਾ ਜਾਂਦਾ ਦਿਨ ਦਿਹਾੜੇ ਮੋਹਾਲੀ ਦੇ ਸੈਕਟਰ 71 ਦੀ ਮਾਰਕੀਟ ਦੇ ਵਿੱਚ ਦਾ ਦੱਸ ਦੇ ਕਿ ਹੁਣ ਅਨੰਦ ਅਨਿਲ ਉਰਫ ਲੱਠ ਕੁੱਟਮਾਰ ਕੀਤੀ ਗਈ ਆ ਬੁਰੀ ਤਰੀਕੇ ਦੇ ਨਾਲ ਇਸ ਨੂੰ ਕੁੱਟਿਆ ਗਿਆ ਹਮਲਾ ਕੀਤਾ ਗਿਆ ਇਸ ਦੇ ਉੱਪਰ ਜੇਲ੍ਹ ਦੇ ਵਿੱਚ ਦਾ ਦੱਸਦੇ ਕਿ ਜੇਲ੍ਹ ਦੇ ਵਿੱਚ ਆਪਸ ਦੇ ਵਿੱਚ ਕੈਦੀ ਭਿੜੇ ਨੇ ਕੁਝ ਕੈਦੀ ਲਾਰਜ ਗਰੁੱਪ ਦੇ ਸੀ ਕੁਦ ਕੈਦੀ ਜਿਹੜੇ ਸੀ ਉਹ ਬੰਬੀਹਾ ਗਰੁੱਪ ਦੇ ਨਾਲ ਸੰਬੰਧ ਰੱਖਦੇ ਤਾਂ ਦੱਸਦੇ ਕਿ ਨਾਲ ਚਾਰ ਹੋਰ ਕੈਦੀ ਵੀ ਨਾਲ ਚਾਰ ਹੋਰ ਕੈਦੀ ਵੀ ਜਿਹੜੇ ਆ ਜਾਕਮੀ ਹੋਏ ਨੇ ਤੇ ਹਸਪਤਾਲ ਦੇ ਵਿੱਚ ਕੈਦੀਆਂ ਨੂੰ ਲਿਜਾਇਆ ਗਿਆ ਲਿਜਾਇਆ ਗਿਆ ਇਲਾਜ ਦੇ ਲਈ ਤਾਂ ਦੱਸ ਦੇ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ ਜਦੋਂ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਲਗਾਤਾਰ ਸ਼ਾਰਪ ਸ਼ੂਟਰਾਂ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੁੰਦੇ ਨੇ ਕਿ ਸ਼ਾਰਪ ਸ਼ੂਟਰ ਜਿਹੜੇ ਐ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਕਰਨ ਆਉਂਦਾ ਤਾਂ ਉਸ ਤੋਂ ਬਾਅਦ ਉਹਨਾਂ ਦੀ شناخت ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਰੈਸਟ ਵੀ ਕਰ ਲੈਂਦਾ ਤਾਂ ਦੱਸ ਦੇ ਕਿ ਅਨਿਲ ਉਰਫ ਲੱਠ ਜਿਹੜਾ ਵਿੱਕੀ ਮਿੱਡੂ ਖੇੜਾ ਨੇ ਜਿਸ ਦੇ ਗੋਲੀਆਂ ਚਲਾਈਆਂ ਸੀ ਤੇ ਉਸ ਉਹ ਜਿਹੜਾ ਹਰਿਆਣਾ ਦੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਤੇ ਹੁਣ ਦੱਸਦੇ ਕਿ ਹਰਿਆਣਾ ਦੀ ਜੇਲ੍ਹ ਦੇ ਵਿੱਚ ਹੀ ਆਪਸ ਦੇ ਵਿੱਚ ਭਿੜੇ ਨੇ ਲਾਰੈਂਸ ਮਿਸ਼ਨੋਈ ਤੇ ਬੰਬੀਹਾ ਗਰੁੱਪ ਦੇ ਇੱਕ ਜਿਹੜੇ ਆ ਗੁਰਗੇ ਆਪਸ ਦੇ ਵਿੱਚ ਭਿੜੇ ਨੇ ਤੇ ਚਾਰ ਹੋਰ ਕੈਦੀ ਵੀ ਇਸ ਦੇ ਵਿੱਚ ਕਿਹਾ ਜਾ ਰਿਹਾ ਕਿ ਚਾਰ ਹੋਰ ਕੈਦੀ ਵੀ ਜਿਹੜੇ ਆ ਜ਼ਖਮੀ ਹੋਏ ਨੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਦੱਸਦੇ ਕਿ ਵਿੱਕੀ ਮਿੱਡੂ ਖੇੜਾ ਦਾ ਕਤਲ ਜੋ ਕੇ 7 ਅਗਸਤ 2021 ਨੂੰ ਹੋ ਜਾਂਦਾ ਜਦੋਂ ਦਿਨ ਦਿਹਾੜੇ ਸ਼ੂਟਰਾਂ ਦੇ ਵੱਲ ਆ ਕੇ ਗੋਲੀਆਂ ਚਲਾਤਿਆਂ ਆਂਦੀਆਂ